میں پورا بند پڑھ ساں، مصائب ہی میں پڑھنا ہی زیادہ کیونکہ مصائب زیادہ پیار ہے مصائب نال مینوں۔ اد رات دا ویلے مینوں بڑی بڑی دور دے مومن نظر آندے پئے، شادی وال، گجرات، لاہور، پنڈی، اللہ تہاڈا ٹورا منظور فرماوے۔ غور کرائے جملے تے، اد رات دا ویلے پنج سال دے پتر نوں مٹی تے سمائی بیٹھے، कदी कदी बागिर दा मूंह चुमदा है, रो रो के अपनी बर्बादी दा हिसाब अपनी उंगलियां ते करदा पिया। कदी कदी आदा बाकर मेरा अकबर मारा गया, मेरा अब्बास मारा गया, मेरी भेण दा दाज लुटी गया। मैं वतन ते वंज के करने सिपाही आया क्या दा जाग। इन्हां जुमलियां ते मजलसें खत्म हो वेंदियां ਜਦਣ ਆਖਿਆ ਜਾਗ। ਬਿਮਾਰ ਪੁੱਤਰ ਦੇ ਸਰ ਤੋਂ ਮੂੰਹ ਚਾਕਿਆ ਤੇ ਮੈਂ ਉਸ ਵੇਲੇ ਦਾ ਜਾਗਦਾ ਜਿਹੜੇ ਵੇਲੇ ਐਲਾਨ ਹੋਇਆ ਲੁੱਟ ਲਓ ਜ਼ੈਨਬ ਦਾ ਬੁਰਕਾ। ਕਿਉਂ ਬੁਲਾਏ ਯਜ਼ੀਦ ਛੱਡਦਾ ਪੀ, ਮੈਂ ਜ਼ਾਕਰਾਂ ਦਾ ਜੋੜੇ ਬਰਦਾਰ ਨੌਕਰਾਂ। ਮੈਂ ਕਦਾ ਨੀ ਪੜਿਆ ਕੜੀ ਤੇ ਕੜੀ ਲੱਗੀ ਤੇ ਅੱਖ ਖੁੱਲੀ, ਜ਼ਾਕਰੀਨ ਪੜਦੇ ਮੈਂ ਇਹ ਵੀ ਨੀ ਆਦਾ ਕਿ ਉਹ ਗਲਤ ਪੜਦੇ ਨਾ ਮੇਰੀ ਲੱਖ ਮਜਾਲ। ਬਿਮਾਰ ਉੱਠਿਆ ਉਮਲ ਮਸਾਏ ਦੀਵਾਰ ਦੀ ਟੇਕ ਲੈ ਕੇ ਉੱਠੀ ਏ, ਜਿਹਦੇ ਅਕਬਰ ਜੈ ਪੁੱਤਰ ਮਰ ਜਾਵਣ ਉਹ ਮਾਂ ਸਮਝਦੀ ਨਹੀਂ। ਰੋ ਕੇ ਆਦੀ ਏ ਕੱਲਾ ਨਾ ਜਾਵੀ, ਮੇਰਾ ਲੱਖਾਂ ਚੋਂ ਇੱਕ ਰਹਿ ਗਿਆ। ਮੇਰਾ ਮੌਲਾ ਫਰਮੈਂਦਾ ਫੁੱਫੀ ਮੈਂ ਜਾਣਦਾ ਯਜ਼ੀਦ ਮੇਰਾ ਕਾਤਿਲ ਨਹੀਂ, ਟੁਰ ਆਇਆ ਕਿਉਂ ਬੁਲਾਈ। ਬਗੈਰਤਾ ਦਾ ਮੈਨੂੰ ਪਿਓ ਦਾ ਖੂਨ ਮਾਫ਼ ਕਰ, ਸੈਯਦਾ ਦਾ ਤੈਨੂੰ ਕਹਿਣ ਦੱਸਾ ਮੈਂ ਪਿਓ ਦੇ ਖੂਨ ਦਾ ਵਾਰਿਸ ਹਾਂ। ਮੇਰੇ ਪਿਓ ਦੇ ਖੂਨ ਦੇ ਵਾਰਿਸ ਕੋਈ ਹੋਰ ਨਹੀਂ, ਮੈਂ ਤੇ ਪਿਓ ਦੀ ਪੱਗ ਦਾ ਵਾਰਿਸ ਹਾਂ। ਅੱਲਾ ਤੁਹਾਨੂੰ ਸਲਾਮਤ ਰੱਖੇ, ਸੁਣਦੇ ਹੋ ਨਾਲ ਨਾਲ ਮੇਰੇ, ਥੋੜਾ ਥੋੜਾ ਨਾਲ ਨਾਲ ਟੁਰਦੇ ਹੋ। ਜਦਣਾ ਕਿ ਮੈਂ ਤੇ ਪਿਓ ਦੀ ਪੱਗ ਦਾ ਵਾਰਿਸ ਹਾਂ, ਤੇਰੇ ਪਿਓ ਦੇ ਖੂਨ ਦਾ ਕੌਣ ਵਾਰਿਸ ਹੈ। ਉੱਠੀ ਬੈਠਾ ਹੈ ਰੋ ਕੇ ਆਦਾ ਮੇਰੇ ਪਿਓ ਦੇ ਖੂਨ ਦੀ ਉਹ ਵਾਰਿਸ ਹੈ ਜਿਹੜੀ ਛੱਤੀਆਂ ਇਸ਼ਾਰਾ ਚਾਹਦੀ ਆਈਏ। ਅੱਖ ਬੰਦ ਨਾ ਕਰ ਮੈਂ ਲੰਘ ਆਈਆਂ। ਮੈਂ ਨੌਕਰਾਂ, ਮੇਰੀ ਫੁੱਫੀ ਮੇਰੇ ਪਿਓ ਦੇ ਖੂਨ ਦੀ ਵਾਰਿਸ ਹੈ। ਸੱਜਾਦ ਫੁੱਫੀ ਨਾਲ ਮਸਲਾ ਕਰ ਰਹਾ, ਤੇਰੀਆਂ ਕੈਦਾਂ ਰਿਹਾ ਕਰੇ ਨਾ, ਲੁੱਟ ਕਰ ਬਲਾ ਦਾ ਮਾਲ ਦੇਣਾ। ਸਾਰੀਆਂ ਸ਼ਰਤਾਂ ਮਨਜ਼ੂਰ ਕਰੇ ਸਾਂ, ਜਾ ਫੁੱਫੀ ਨੂੰ ਆਖ ਸ਼ਰਤਾਂ ਲਿਖਾਵੇ। ਬੀਬੀ ਸਾਰੀਆਂ ਸ਼ਰਤਾਂ ਲਿਖਾਈਆਂ। ਸੱਜਾਦ ਰੋ ਗਿਆ ਦਾ ਲੁੱਟ ਚ ਕਿਹੜੀ ਕਿਹੜੀ ਸ਼ੈ ਮੰਗਾ, ਮੇਰੀ ਸੈਣ ਪੁੱਤਰ ਦਾ ਜ਼ਰ ਚੁੰਕੇ ਆਦੀ, ਸਭ ਤੋਂ ਪਹਿਲੇ ਅਕਬਰ ਦਾ ਗਾਨਾ। ਕਾਸਮ ਦਾ ਸੇਰਾ, ਕੁਬਰਾ ਦਾ ਦਾਜ, ਅਸਗਰ ਦੇ ਚੋਲੇ ਸਭ ਤੋਂ ਪਹਿਲੇ ਮੰਗੇ। ਸਾਰੀ ਲਿਸਟ ਯਜ਼ੀਦ ਦੇ ਕੋਲ ਆਈ। ਯਜ਼ੀਦਾ ਦਾ ਹਰ ਸ਼ੈ ਦੇ ਸਾਂ, ਹੁਸੈਨ ਦਾ ਸਰ ਨਾ ਦੇ ਸਾਂ। ਕਿਉਂ ਨਾ ਦੇ ਸੇ? ਬੇਦੀਨਾ ਦਾ ਸੁਣਦਾ ਆਇਆ, ਛੱਤੀਆਂ ਸ਼ਾਰਾਂ ਚ ਭੇਣ ਬੁਲਾਉਂਦੀ ਆਈਏ, ਫਿਰਾ ਬੋਲਦਾ ਏ। ਹੁਣ ਮੈਂ ਸ਼ਬੀਰ ਦਾ ਸਰ ਸੰਦੂਕ ਚ ਬੰਦ ਕਰਸਾਂ, ਭੈਣ ਛੱਡੇ ਜਾਵੇ ਤੇ ਜਾਵੇ ਵਰਨਾ ਸਰ ਨਾ ਦੇ ਸਾਂ। ਯਾਰ ਜਿਹੜੇ ਵਾਲੇ ਦਿਲ ਬੈਠੇ ਹੋ, ਬਿਮਾਰ ਟੁਰਦਾ ਆਇਆ, ਕਿਆ ਦੇ ਫੁੱਫੀ ਅੰਮਾ ਉਮਤੀ ਮੌਜਾ ਮੰਗਦੇ ਪਏ ਨੀ। ਸੱਜਾਦ ਕਿਹੜੀ ਗੱਲ ਦਾ, ਫਿਰਾ ਦਾ ਸਰ ਸੰਦੂਕ ਚ ਬੰਦ ਹੋਸੀਆ, ਬੁਲਾਸੇ ਤੇ ਆਸੀਆ। ਉੱਠੀ ਬੈਠੀ ਏ ਸੱਜਾਦ ਦਾ ਮੂੰਹ ਚੁਮਕੇ ਆਦੀ ਏ, ਹੁਸੈਨ ਇੱਕ ਧੀ ਛੱਡੀਏ, ਮੈਂ ਦੋ ਛੱਡੀਆਂ। ਹੁਸੈਨ ਪੁੱਤਰ ਮਰਾਇਨ, ਮੈਂ ਹੁਸੈਨ ਦੇ ਸੰਗੇ ਪੁੱਤਰ ਮਰਾਇਨ। ਹੁਸੈਨ ਸਿਰ ਦਿੱਤਾ ਏ, ਮੈਂ ਚਾਦਰ ਦਿੱਤੀ ਏ, ਉੱਜੜ ਗਈਆਂ ਫਿਰਾ ਦੇ ਸੰਗੇ। ਸੱਜਾਦ ਉਹ ਤੇ ਮੇਰਾ ਆਪਣਾ ਫਿਰਾ ਏ, ਆਖੇ ਤੇ ਸ਼ਾਮ ਟੁਰਦੀ ਆਵੇ। ਮੈਂ ਅਲੀ ਦੀ ਧੀਆਂ, ਆਖੇ ਤੇ ਸ਼ਾਮ ਟੁਰਦੀ ਆਵੇ। ਐਲਾਨ ਹੋਇਆ ਅਬਦੁੱਲਾ, ਐਲਾਨ ਕਰਾਓ, ਮਜ਼ਦੂਰਾਂ ਛੱਤਾਂ ਤੇ ਆ ਜਾਵਣ, ਮਰਦ ਬਾਜ਼ਾਰਾਂ 'ਚ ਆ ਜਾਓ, ਬਹਿਣ ਨੇ ਛੱਡਣਾ ਹੈ, ਫਿਰਾ ਨੇ ਮੰਜਣਾ ਹੈ। ਅਬਦੁੱਲਾ ਇਬਨ ਅਤਾ ਰਵਾਇਤ ਕਰਦਾ ਹੈ, ਮੈਂ ਸਰ ਲੈਣ ਵਾਸਤੇ ਗਈਆਂ, ਮਜ਼ਦੂਰਾਂ ਛੱਤਾਂ 'ਤੇ ਆਏ, ਮਰਦ ਬਾਜ਼ਾਰਾਂ 'ਚ ਆਏ, ਸ਼ਬੀਰ ਦਾ ਸਰ ਚਾਹਤਾ ਹੈ, ਚਾਹ ਕੇ ਤਸ਼ਤੇ 'ਚ ਰੱਖਿਆ ਹੈ, ਉੱਤੋਂ ਕੱਪੜਾ ਦਿੱਤਾ ਹੈ, ਦੇ ਕੇ ਟੁਰ ਪਿਆ। 15 ਸਿਪਾਹੀ ਮੇਰੇ ਨਾਲ ਨੰਗੀਆਂ ਤਲਵਾਰਾਂ ਲੈ ਕੇ, ਪੰਜ ਬੀਬੀਆਂ ਮਕਾਨ ਦੀ ਛੱਤ ਤੋਂ ਲੈ ਆਈਆਂ ਨਾਦੀਆਂ ਨੇ, ਵੇ ਅਬਦੁੱਲਾ ਰੁਕ ਜਾ। ਅਬਦੁੱਲਾ ਦਾ ਮੈਂ ਰੁਕ ਗਿਆ, ਪਹਿਲੇ ਪਹਿਲੇ ਮਜ਼ਦੂਰਾਂ ਕੱਪੜਾ ਹਟਾ ਕੇ ਆਦੀਆਂ ਨੇ, ਮਾਫੀ ਦੇ ਅਸੀਂ ਤੈਨੂੰ ਬਾਗ ਹੀ ਛੱਡਦੀਆਂ ਰਹੀਆਂ।
ਅੱਜ ਬੇਣ ਦਾ ਇਮਤਿਹਾਨ ਈ ਦੁਸ਼ਮਣ ਦੀ ਨਗਰੀ ਰੁਕਈਆ ਰਬਾਬ ਕਲਸੂਮ ਲੈਲਾ ਬੁਲਾਨੀ ਜਾਵੇ ਨਾ ਜਾਵੇ ਤੇਰੀ ਮਰਜ਼ੀ ਜਿਹੜੇ ਵੇਲੇ ਆਉਣ ਦੀ ਮਾਂ ਬੁਲਾਵੀ ਲਗਾ ਜ਼ਰੂਰ ਜਾਵੇ ਐਦੋ ਪੈਮਾਨ ਹੋ ਗਏ ਸ਼ਬੀਰ ਦਾ ਸਰ ਸੰਦੂਕ ਵਿੱਚ ਬੰਦ ਹੋਏ ਇੱਜ਼ਤ ਵਾਲਿਓ ਸੱਜਾ ਜਾ ਫੁੱਫੀ ਨੂੰ ਆਖ ਫਿਰਾ ਨੂੰ ਛੱਡੇ ਗਲਤ ਬੜਾ ਸੈਣ ਦਾ ਮੁਜਰਮ ਹੋਵਾਂ ਤਲੀਆਂ ਟੇਕ ਕੇ ਉੱਠੀਏ ਉੱਠ ਨਹੀਂ ਸਕੀ ਵੱਲ ਜ਼ਮੀਨ ਦੇ ਨਾਲ ਜਣ ਪਈਏ ਰੋਕ ਆਦੀ ਅਕਬਰ ਦਾ ਬਾਬਾ ਅੱਜ ਲਫਜ਼ੇ ਬਾਬਾ ਖਤਮ ਨਹੀਂ ਹੋਇਆ ਸ਼ਬੀਰ ਦੇ ਸਰ ਪਰਵਾਦ ਕੀਤਾ ਸਾਰੇ ਦਰਬਾਰ ਦਾ ਚੱਕਰ ਲਾਇਆ ਕੋਈ ਬਗੈਰ ਸ਼ਬੀਰ ਦੀ ਤਾਲੀਮ ਵਾਸਤੇ ਨਹੀਂ ਉੱਠਿਆ ਦੋਵੇਂ ਪਿਓ ਤੇ ਪੁੱਤਰ ਇੱਕ ਮੈਨੂੰ ਆ ਦਿਨ ਬਾਬਾ ਉੱਠਿਆ ਦਾਦਾ ਮਿਲਣ ਆਈ ਇੱਜ਼ਤ ਵਾਲੇ ਉਹ ਸ਼ਬੀਰ ਦੇ ਸਰ ਨੇ ਚੱਕਰ ਲਾਇਆ ਬਾਕਰ ਦਾ ਮੂੰਹ ਚੁੰਮ ਕੇ ਰੋ ਕੇ ਆਦਾ ਪੀਏ ਨਿੱਕੀ ਜਿਹੀ ਉਮਰਾਂ 'ਚ ਕਾਇਦਾ ਨਿਭਾਉਂਦਾ ਵੱਧਾ ਹੈ ਇੱਜ਼ਤ ਵਾਲੇ ਉਹ ਸ਼ਬੀਰ ਦੇ ਪੋਤਰੇ ਸਲਾਮ ਕੀਤਾ ਸ਼ਬੀਰ ਦੇ ਸਰ ਨੇ ਸਾਰੀ ਸ਼ਾਮ ਦਾ ਚੱਕਰ ਲਾਇਆ ਬਿਮਾਰ ਦਾ ਬਾਬਾ ਝੁਕਦਾ ਝੁਕਦਾ ਜ਼ਿੰਦਾਨ ਤੇ ਝੁਕਾ ਹੈ ਹਰ ਬੀਬੀ ਆਦੀ ਉਹ ਹੁਸੈਨ ਆ ਗਈ ਹੈ ਉਹ ਜ਼ੈਨਬ ਦਾ ਵੀਰ ਆ ਗਈ ਹੈ ਇੱਜ਼ਤ ਵਾਲੇ ਉਹ ਸ਼ਬੀਰ ਦਾ ਸਰ ਜ਼ਿੰਦਾਨ ਤੇ ਝੁਕ ਗਈ ਹੈ ਇੱਕ ਬੀਬੀ ਕਰੀਬ ਆਈ ਆਦੀ ਏ ਲਾਣਾ ਚਾਹਨੇ ਤੇ ਲਿਆ ਬੇ ਔਲਾਦ ਭੇਣ ਦੀ ਝੋਲੀ ਆਦੀ ਰਹੀ ਨਾ ਸਦਕੇ ਜਾਵਾ ਇੱਜ਼ਤ ਵਾਲਿਓ ਸ਼ਬੀਰ ਦਾ ਸਰ ਨਹੀਂ ਆਇਆ ਇੱਕ ਹੋਰ ਬੀਬੀ ਉੱਠੀ ਅੱਗੇ ਆ ਕੇ ਆਦੀ ਲਾਣਾ ਚਾਹਨੇ ਤੇ ਲਿਆ ਰਬਾਬ ਦੀ ਝੋਲੀ ਹਾਜ਼ਰ ਸ਼ਬੀਰ ਦਾ ਸਰ ਨਹੀਂ ਆਇਆ ਇੱਕ ਹੋਰ ਬੀਬੀ ਕਰੀਬ ਆ ਕੇ ਆਦੀ ਲੈਲਾ ਦੀ ਝੋਲੀ ਹਾਜ਼ਰ ਸ਼ਬੀਰ ਦਾ ਸਰ ਨਹੀਂ ਆਇਆ ਇੱਕ ਅਜੀ ਬੀਬੀ ਆਈ ਹੈ ਜਿਹਦੇ ਉੱਠਣ ਦੇ ਨਾਲ ਸ਼ਬੀਰ ਦੇ ਸਰ ਨੂੰ ਚੱਕਰ ਆਏ ਅੱਖੀ ਨਾ ਇਸ ਕੋ ਸਾਵਣ ਦੇ ਬਦਲ ਵਸ ਪੈਣ ਇਹ ਬੀਬੀ ਕੌਣ ਝੋਲੀ ਜਾ ਕੇ ਆਦੀ ਪਈ ਹੈ ਮੇਰਾ ਦੋਸਤ ਕੋਈ ਨਹੀਂ ਮੈਂ ਅੱਬਾਸ ਦੀ ਭੈਣਾ ਲਾਣਾ ਚਾਹਨੇ ਤੇ ਲੈ ਆ ਅੱਖੀ ਨਾ ਇਸ ਕੋ ਸਾਵਣ ਦੇ ਬਦਲ ਵਸ ਪੈਸ ਚੱਕਰ ਲਾਇਸ ਹਰ ਬੀਬੀ ਜ਼ੈਨਬ ਦੇ ਪੈਰਾਂ ਤੇ ਛਣ ਪਈ ਰੋ ਕੇ ਆਦੀ ਉੱਠੀ ਬੋ ਫਿਰਾ ਥੱਕ ਪਈ ਮੇਰੀ ਸੈਣ ਉਠਾਇਆ ਸਹਾਰਾ ਦਿੱਤਾ ਨੇ ਬੀਬੀਆਂ ਉੱਠੀ ਮੇਰੀ ਸੈਣ ਫਿਰਾ ਲਾਂਦਾ ਲਾਂਦਾ ਬੇਣ ਦਾ ਸਿਰ ਚੁੰਮੇ ਵੱਲ ਜ਼ੈਨਬ ਦੇ ਹੱਥ ਚੁੰਮੇ ਵੱਲ ਜ਼ੈਨਬ ਦੀ ਝੋਲੀ ਚ ਆਏ ਉਹ ਜਵਾਨਾ ਬੜੀ ਮੁੱਦਤ ਦੇ ਬਾਅਦ ਬੇਣ ਫਿਰਾ ਦੀ ਦਾੜੀ ਚੁੰਮੀ ਮੇਰੀ ਸੈਣ ਰੋ ਕੇ ਆਦੀ ਕਿਉਂ ਰੁਕ ਗਿਆ ਏ ਕੈਂਕੂ ਤਲਾਸ਼ ਕਰੇਂਦਾ ਰੇ ਕਿਉਂ ਰੁਕ ਗਿਆ ਏ ਸਈਆ ਦਾਦਾ ਕਿਨ ਗਈ ਏ ਮੈਦੀ ਉਲਫਤ ਵਿੱਚ ਹੋ ਜਾਏ ਵੱਖਰੀ ਕੈਦ ਨਿਭਾਈ ਓ ਮੈਂ ਵੇਖ ਰਿਹਾ ਜ਼ਿੰਦਾਨ ਦੇ ਵਿੱਚ ਨਹੀਂ ਨਜ਼ਰ ਸਕੀਨਾ ਸਕੀਨਾ ਓ ਮੈਂ ਵੇਖ ਰਿਹਾ ਜ਼ਿੰਦਾਨ ਦੇ ਵਿੱਚ ਨਹੀਂ ਨਜ਼ਰ ਸਕੀਨਾ ਬਸ ਇੱਕ ਮੰਜ਼ਲ ਮੈਂ ਸਾਹਿਬ ਦੀ ਇੱਕ ਹੋਰ ਆਖਰੀ ਮੰਜ਼ਲ ਸਟੇਜ ਛੋੜਾਂ ਕਾਫੀ ਹੋ ਗਿਆ ਮੈਂ ਸਾਹਿਬ ਅਜੇ ਮੇਰੀ ਤਬੀਅਤ ਉਸ ਮੁਕਾਮ ਤੱਕ ਨਹੀਂ ਆਈ ਜਿਵੇਂ ਮੈਂ ਹੱਕ ਅਦਾ ਕਰਦਾ ਮੇਰੀ ਮਖਦੂਮਾ ਮੈਨੂੰ ਉਸ ਹਿੰਮਤ ਦੇਵੇ ਮੈਂ ਤੁਹਾਨੂੰ ਮਸਾਇ ਫਜ਼ਾਇਲ ਸੁਣਾ ਸਕਾਂ ਤੁਹਾਡੀਆਂ ਦੁਆਵਾਂ ਦਾ ਸਿਲਾ ਹੈ ਵਰਨਾ ਮੈਂ ਕੁਛ ਵੀ ਨਹੀਂ ਇਹ ਜ਼ਹਰਾ ਦੇ ਪੁੱਤਰਾਂ ਐਡੀ ਵੱਡੀ ਮੁਸੀਬਤ ਵਿੱਚੋਂ ਤੁਹਾਡੀਆਂ ਦੁਆਵਾਂ ਦਾ ਸਦਕਾ ਕੱਢਿਆ ਮੈਨੂੰ ਮੇਰੇ ਦੋ ਸਵਾਲਾਂ ਦਾ ਜਵਾਬ ਦਿਓ ਜਦਨ ਵਤਨ ਤੇ ਵਸਦੀ ਆਈ ਨਾ ਅਬਦੁੱਲਾ ਬਿਨ ਜਾਫਰ ਤਿਆਰ ਬੁਲਾਵਣ ਹਾਂ ਇਹਨਾਂ ਦੋ ਗੱਲਾਂ 'ਚ ਮਸਾਇ ਮੇਰੇ ਅਬਦੁੱਲਾ ਬਿਨ ਜਾਫਰ ਤਿਆਰ ਬੁਲਾਵਣ ਆ ਨਾ ਜ਼ੈਨਬ ਮੇਰੀ ਸੈਣ ਜਵਾਬ ਨਰਜ ਕਰਿਆ ਜੀ ਆਉਣ ਦਾ ਬਾਬਾ ਲਓ ਹੁਣ ਮੇਰਾ ਸਵਾਲ ਹੈ ਤੁਹਾਡੇ 'ਤੇ ਮੇਰਾ ਮੌਲਾ ਬੁਲਾਵੇ ਆ ਜ਼ੈਨਬ ਤੇ ਬੀਬੀ ਜਵਾਬਨ ਕਿਆ ਅਰਜ਼ ਕਰਿਆ ਸਾਰੇ ਬੋਲੋ ਜੀ ਆਉਣ ਦਾ ਬਾਬਾ ਇਹ ਗੱਲ ਜ਼ਿਹਨ 'ਚ ਰੱਖਿਆ ਅਬਦੁੱਲਾ ਬਿਨ ਜਾਫਰ ਤਿਆਰ ਬੁਲਾਵਣ ਹਾਂ ਮੇਰੀ ਸੈਣ ਜਵਾਬਨ ਅਰਜ਼ ਕਰਿਆ ਜੀ ਆਉਣ ਦਾ ਬਾਬਾ ਇੱਕ ਸਵਾਲ ਦੂਸਰਾ ਤੁਹਾਡੇ ਸ਼ਹਿਰ ਦੀ ਇਸ ਦਿਹਾਤ ਦੀ ਰਤੀਆਂ ਸਈਦਾਂ ਦੀ ਸ਼ਾਹ ਜੀ ਕੋਈ ਸਈਦਾਦੀ ਕੋਈ ਧੀ ਕੋਈ ਭੈਣ ਸਾਲ ਦੇ ਬਾਅਦ ਤੁਹਾਡੀ ਜ਼ਿੰਦਗੀ 'ਚ ਸਾਲ ਦੇ ਬਾਅਦ ਜ਼ੁਆਰੀਆਂ ਤੋਂ ਹੱਜ ਤੋਂ ਆਈ ਹੋਵੇ ਸ਼ਾਹ ਜੀ ਤੁਹਾਡੀ ਜ਼ਿੰਦਗੀ 'ਚ ਆਈ ਹੋਵੇ ਕੋਈ ਧੀ ਕੋਈ ਐਸੀ ਧੀ ਆਈ ਹੋਵੇ ਸਾਲ ਦੇ ਬਾਅਦ ਜਿਸ ਸ਼ਹਿਰ ਦੇ ਬਾਹਰ ਖੜੋ ਕੇ ਪੁੱਛਿਆ ਹੋਵੇ ਲੋਗੋ ਇਹ ਕਿਹੜਾ ਸ਼ਹਿਰ ਹੈ ਮੇਰੀ ਗੱਲ ਦੀ ਸਮਝ ਆਵੇ ਤਾਂ ਜ਼ਰੂਰ ਰੋਵੇ ਕੋਈ ਹੈ ਜਵਾਨੋ ਨਹੀਂ ਵਤਨ ਤੇ ਸਾਲ ਦੇ ਬਾਅਦ ਵੱਲੀ ਰੋਕਿਆ ਦੀ ਸੱਜਾਦ ਖੁਸ਼ਬੂ ਤਬਦੀਲ ਹੋ ਗਈ ਹੈ ਇਹ ਸਾਹਮਣੇ ਕਿਹੜਾ ਸ਼ਹਿਰ ਹੈ ਸੈਯਦਾ ਦਾ ਇਸ ਸ਼ਹਿਰ ਨਾਲ ਤੇਰੇ ਚਾਰ ਰਿਸ਼ਤੇ ਤੇਰੇ ਨਾਨਕੇ ਤੇਰੇ ਦਾਦਕੇ ਤੇਰੇ ਸਾਹਵਰੇ ਤੇਰੇ ਪੇਕੇ ਤੇ ਰੋਕਿਆ ਦੀ ਬਿਸਮਿਲਾ ਸੱਜਾਦ ਮਦੀਨਾ ਆ ਗਿਆ
ਮੈਂ ਸਦਕੇ ਜਾਵਾਂ ਜਿਹੜਾ ਕਿ ਮਦੀਨਾ ਆ ਗਿਆ। ਹਾਂ ਫੁੱਫੀ ਅੰਮਾ, ਰੋ ਕੇ ਮੇਰੀ ਸੈਣ ਫਰਮਿੰਦੀ ਹੈ, ਇਹ ਜਿੱਥੇ ਝੁੱਕ ਝੁੱਕ ਟੁਰਦਾ ਪਿਆ ਇਹ ਕਿਹੜੀ ਜਾ ਹੈ? ਬਿਮਾਰਾਂ ਦਾ ਉਹ ਜਾ ਹੈ ਜਿੱਥੇ ਤੇਰੇ ਅਕਬਰ ਪਹਿਲੀ ਅਜ਼ਾਨ ਦਿੱਤੀ ਹੈ। ਪਹਿਲੀ ਇਹ ਆਖਰੀ ਉਹ ਜਿਹੜੀ ਸ਼ਬਿਆ ਸ਼ੂਰ ਨੂੰ ਦਿੱਤੀ ਸੀ ਪਹਿਲੀ ਅਜ਼ਾਨ। ਰੋਕਿਆ ਦੀ ਉੱਠ ਬਹਾ, ਮਤਾ ਮੇਰੇ ਅਕਬਰ ਦੇ ਮੈਡੋ ਰੱਖੇ, ਮਤਾ ਮੇਰੇ ਅਕਬਰ ਦੇ ਪੈਰ ਲੱਗੇ ਹੋਣ। ਮਾਮਲ ਬਹਿ ਗਏ, ਖੈਮੇ ਲੱਗ ਗਏ। ਰੋ ਕੇ ਸੈਣ ਫਰਮਿੰਦੀ ਹੈ, ਬਸ਼ੀਰ ਨੂੰ ਆਖੋ ਮੁਨਾਦੀ ਕਰਾਵੇ। ਬਸ਼ੀਰ ਕਾਲਾ ਲਿਬਾਸ ਪਾਤਾ ਹੈ, ਸਿਆਹ ਲਮਚਾਇਆ ਹੈ, ਟੁਰਨ ਲੱਗਾ ਹੈ। ਮੇਰਾ ਮੌਲਾ ਫਰਮਾਇੰਦਾ, ਬਸ਼ੀਰ ਜੀ ਆਕਾ, ਇਹ ਸਾਹਮਣੇ ਮੇਰੇ ਨਾਨੇ ਦਾ ਰੋਜ਼ਾ ਹੈ, ਉਹ ਦੋ ਖਜੂਰਾਂ ਦੇ ਬਹੁਤ ਬੜੇ ਦਰਖਤ, ਉਹ ਮੇਰੀ ਹਵੇਲੀ ਵਿੱਚ ਹੈ। ਸਾਰੇ ਮਦੀਨੇ ਚ ਆਖੀ ਲੋਗੋ ਅਕਬਰ ਮਾਰਾ ਗਿਆ। ਜਦਨ ਇਸ ਹਵੇਲੀ ਦੇ ਦਰਵਾਜ਼ੇ ਗਿਆ ਮੈਂ ਨਾ, ਜਿੱਥੇ ਲਿਖਿਆ ਹੋ ਸੀ ਇੰਨਾ ਮਾ ਇਸ ਦਰਵਾਜ਼ੇ ਅੱਗੋਂ ਆ ਕੇ ਇਹ ਨਾ ਆਖੇ ਅਕਬਰ ਮਾਰਾ ਗਿਆ ਹੈ। ਮੌਲਾ ਤੇ ਕਿਉਂ ਨਾ ਆਖਾਂ ਵੀ ਮਾਰ ਰੋ ਕੇ ਆਦੇ, ਮਤੇ ਮਦੀਨੇ ਦਾਖਲ ਹੋਣ ਤੋਂ ਪਹਿਲੇ ਮੈਨੂੰ ਬਹਿਣ ਦਫਨਾਣੀ ਪੈ ਜਾਵੇ। ਉਸ ਦਰਵਾਜ਼ੇ ਦੇ ਪਿੱਛੋਂ ਇੱਕ ਮੇਰੀ ਬਿਮਾਰ ਬਹਿਣ ਅਕਬਰ ਦਾ ਇੰਤਜ਼ਾਰ ਵੀ ਕਰਦੀ ਹੈ। ਅੱਛਾ ਬਸ਼ੀਰ ਟੁਰ ਪਿਆ, ਬਸ ਮੁਕਾਵਾਂ ਮੰਜ਼ਲ ਤੇ ਆਵਾਂ। ਇੱਜ਼ਤ ਵਾਲਿਓ, ਬਸ਼ੀਰ ਟੁਰਦਾ ਆਉਂਦਾ ਹੈ ਮਦੀਨੇ ਦੇ ਬਾਹਰੋਂ, ਆਇਆ ਇੱਕ ਨਿੱਕਾ ਜਿਹਾ ਬਾਲ ਜਿਹੜਾ ਇਰਾਕ ਦੇ ਪਾਸੇ ਮੂੰਹ ਕੀਤੀ ਬੈਠਾ ਹੈ, ਜ਼ਾਨੂਆਂ ਤੋਂ ਮੱਥਾ ਚੈਂਦਾ ਹੈ, ਰੋ